ਸਾਰਾ ਤੋਂ ਪਹਿਲਾਂ ਜਿੰਨੇ ਵੀ ਮੇਰੇ ਵੀਰ ਵੀਡੀਓ ਦੇਖ ਰਿਹਾ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਅਸੀਂ ਨਾ ਇੱਕ ਸਿੱਧੂ ਮੂਸੇਵਾਲੇ ਦਾ ਗਾਣਾ ਸੁਣਿਆ ਸੀਗਾ ਇੱਕ, ਅਤੇ ਉਹ ਪਹਿਲਾਂ ਮੈਂ ਤੁਹਾਨੂੰ ਗਾਣਾ ਸੁਣਾਉਣਾ, ਉਸ ਤੋਂ ਬਾਅਦ ਮੈਂ ਜੋ ਵੀ ਬੋਲਾਂ ਉਸ ਤੋਂ ਬਾਅਦ ਮੈਂ ਬੋਲੂੰਗਾ, ਅਤੇ ਆ ਗਾਣਾ ਧਿਆਨ ਨਾਲ ਸੁਣਿਆ ਜੀ ਇੱਕ ਵਾਰੀ। ਆ ਮੂਸੇ ਵਾਲਿਆ ਤੇਰੀ ਭੈਣ ਦੀ ਲੰਨ ਦਵਾਂਗੇ, ਭੈਣ ਚੱਧਾ AK-47 ਤੇਰੇ ਜੀਜੇ ਲਈ ਫਿਰਦੇ ਆ, ਦੇਖੀ ਆ ਕਦੇ ਭੈਣ ਦਿਆ ਲੋੜਿਆ ਤੇਰੀ ਭੈਣ ਤੋਂ ਦੀ ਪਹਿਲਾਂ ਲੰਨ। ਤਾਂ ਇਹਨੇ ਜਿਹੜਾ ਗੱਲ ਇਹਨੇ ਕਹੀ ਆ, ਇਹਨੇ ਕਿਹਾ ਕਿ AK-47 ਤੇ ਦਲਾਲੀਆਂ ਜਿਹੜੇ ਯਾਰ ਆ ਲੰਡੂ ਯਾਰ, ਇਹਨੇ ਕਿਹਾ ਠੀਕ ਆ। ਸਭ ਤੋਂ ਪਹਿਲਾਂ ਤੈਨੂੰ ਪਤਾ ਹੋਣਾ ਚਾਹੀਦਾ ਕਿ 47 ਹੈ ਕਿਹਨਾਂ ਕੋਲ। ਸਭ ਤੋਂ ਪਹਿਲਾਂ ਤਾਂ ਜਿਹੜੀਆਂ 47 ਸੰਤ ਪਿੰਡਾਲਿਆਂ ਕੋਲ ਆਈਆਂ ਸੀ, ਜਿਨ੍ਹਾਂ ਨੇ ਸਾਡੇ ਦੇਸ਼ ਦੀ ਸਾਡੀਆਂ ਧੀਆਂ ਭੈਣਾਂ ਦੀ ਰੱਖਿਆ ਕੀਤੀ ਸੀ। ਅਤੇ ਇਹ ਲੰਡੂ ਕਿਹਨਾਂ ਨੂੰ ਕਹਿ ਰਿਹਾ ਫਿਰ, ਇਹਨੂੰ ਪਤਾ ਹੋਣਾ ਚਾਹੀਦਾ। ਇਸ ਭੈਣ ਚੋਦ ਨੂੰ ਇਹ ਨਹੀਂ ਪਤਾ ਹੋਣਾ ਚਾਹੀਦਾ ਕਿ 47 ਇਹਨੇ ਅਜੇ ਤੱਕ ਹੱਥ ਵਿੱਚ ਨਹੀਂ ਫੜੀ ਹੋਣੀ, ਔਰ ਇਹਨੂੰ ਇਹ ਵੀ ਨਹੀਂ ਪਤਾ ਹੋਣਾ ਕਿ ਇਹਦੇ ਵਿੱਚ ਕਿੰਨੀ ਗੋਲੀ ਦਾ ਮੈਗਜ਼ੀਨ ਇਹਨੂੰ ਚੜਦਾ ਹੈ। ਇਹਨੂੰ ਖੁੱਲ੍ਹਾ ਚੈਲੇਂਜ ਆ, ਜੇ ਕਿਤੇ ਸਾਨੂੰ ਪੰਜਾਬ 'ਚ ਇਹਦਾ ਸ਼ੋਅ ਮਿਲ ਗਿਆ ਠੀਕ ਆ, ਫਿਰ ਇਹਨੂੰ ਦੱਸ ਦਾਂਗੇ ਕਿ 47 ਵਾਲੇ ਕੀ ਹੁੰਦੇ ਆ। ਆ ਸਾਰੇ ਵੀਰ ਇਹਨਾਂ ਨਾਲ ਗੱਲ ਕਰੋ ਇੱਕ ਵਾਰੀ, ਬਹੁਤ ਸਾਨੂੰ ਫੀਲ ਗਲਤ ਹੋਇਆ ਕਿ ਇਹਨੇ ਇਹ ਜਿਹੜਾ ਸਿੱਧੂ ਮੂਸੇਵਾਲਾ ਵਾ ਰਾਤ ਨੂੰ ਜਿਹੜੇ ਚਿੱਤਰ ਤਾਂ ਉਹਨੂੰ ਕਰਕੇ ਸਪੀਡ ਬ੍ਰੇਕਰ ਬਣਾ ਕੇ ਸੌਂ ਜਾਂਦਾ ਨਾ, ਇਹਨਾਂ 47 ਵਾਲਿਆਂ ਦੀ ਵਜ੍ਹਾ ਕਰਕੇ ਸੌਂਦਾ ਰਾਤ ਨੂੰ, ਨਹੀਂ ਤਾਂ ਪਾਕਿਸਤਾਨ ਤੇਰੀ ਬੁੰਡ 'ਤੇ ਗੋਲੀਆਂ ਮਾਰ ਮਾਰ ਕੇ ਨਾ ਛੇਦ ਕਰ ਦੂਗਾ ਠੀਕ ਆ। ਅਤੇ ਸਾਰੇ ਵੀਰਾਂ ਨੂੰ ਰਿਕੁਐਸਟ ਆ ਕਿ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਅਤੇ ਇਹ ਵੀਡੀਓ ਜਿਹੜੀ ਸਿੱਧੂ ਮੂਸੇਵਾਲੇ ਕੋਲ ਪਹੁੰਚਣੀ ਚਾਹੀਦੀ ਆ। ਭੈਣ ਤੋਂ ਉਹਦਾ ਨਾਂ ਲੈਣ ਲੱਗਿਆ ਵੀ ਹਾਸਾ ਆਉਂਦਾ, ਇਹਦਾ ਨਾਂ ਦਾ ਇੱਕ ਤਾਂ ਇਹਦਾ ਨਾਂ ਉੱਦਾਂ ਦਾ ਅਤੇ ਇਹਦੀ ਸ਼ਕਲ ਵੀ ਉੱਦਾਂ ਦੀ ਆ, ਜਨਾਨੀ ਭੈਣ ਚੋਦ ਠੀਕ ਆ। ਕਿਤੇ ਪੰਜਾਬ 'ਚ ਇਹਨੂੰ ਚੈਲੇਂਜ ਆ, ਜੇ ਸਾਨੂੰ ਕਿਤੇ ਵੱਜ ਗਿਆ ਨਾ ਪੰਜਾਬ 'ਚ ਸ਼ੋਅ ਲੱਗਾ ਤਾਂ ਫਿਰ ਇਹਨੂੰ ਦੱਸ ਦਾਂਗੇ ਕਿ 47 ਵਾਲੇ ਕੀ ਹੁੰਦੇ ਆ। ਅਤੇ ਸਾਰਿਆਂ ਨੂੰ ਰਿਕੁਐਸਟ ਆ ਵੀਰੇ, ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਠੀਕ ਹੈ ਇੱਕ ਵਾਰ। ਜੈ ਹਿੰਦ, ਜੈ ਜਵਾਨ, ਜੈ ਕਿਸਾਨ।